ਬਸ ਆਪਣੇ ਹਲਕੇ 'ਚ ਨਵੇਂ ਨਵੇਂ ਪ੍ਰੋਜੈਕਟ ਲਿਆਉਣਾ, ਆਪਣੇ ਲੋਕਾਂ ਦੀ ਜ਼ਰੂਰਤ ਨੂੰ ਸਮਝਣਾ ਔਰ ਉਹਦੇ ਵਾਸਤੇ ਸੰਘਰਸ਼ ਕਰਨਾ ਜਾਂ ਗੱਲਬਾਤ ਕਰਕੇ ਉਹਨਾਂ ਸਮੱਸਿਆਵਾਂ ਦਾ ਦੂਰ ਕਰਨਾ, ਇਹ ਕੁਆਲਿਟੀ ਹੈ ਹੰਸ ਰਾਜ ਹੰਸ ਦੀ, ਜਿਹੜਾ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਅੱਜ ਤੱਕ ਫਰੀਦਕੋਟ ਦਾ ਕੋਈ ਮੈਂਬਰ ਆਫ ਪਾਰਲੀਮੈਂਟ ਉਹ ਨਹੀਂ ਕਰ ਪਾਇਆ ਹੋਊਗਾ ਜੋ ਹੰਸ ਰਾਜ ਹੰਸ ਪਾਰਲੀਮੈਂਟ ਦਾ ਮੈਂਬਰ ਬਣ ਕੇ ਫਰੀਦਕੋਟ ਵਾਸਤੇ ਕਰਨਗੇ। ਇਤਿਹਾਸਿਕ ਕਾਰਜਕ੍ਰਮ ਹੋਏਗਾ ਫਰੀਦਕੋਟ ਦੀ ਧਰਤੀ ਦੇ ਉੱਤੇ। ਹੰਸ ਰਾਜ ਹੰਸ ਜੀ ਦਾ ਜਿਸ ਤਰੀਕੇ ਨਾਲ ਲੋਕਾਂ ਦਾ ਪਿਆਰ ਹੈ, ਉਹਨਾਂ ਦੇ ਨਾਲ ਉਹਨਾਂ ਦੀ ਅਸੈਪਟੈਂਸ ਹੈਗੀ ਹੈ, ਲੋਕ ਦਿਲੋਂ ਚਾਹੁੰਦੇ ਨੇ। ਮੈਂ 2 ਦਿਨ ਤੋਂ ਇਸ ਹਲਕੇ 'ਚ ਫਿਰ ਰਿਹਾ ਅਤੇ ਮੈਂ ਯਕੀਨ ਨਾਲ ਕਹਿ ਸਕਦਾ ਕਿ ਲੋਕ ਉਹਨਾਂ ਨੂੰ ਪਲਕਾਂ 'ਤੇ ਬਿਠਾਉਣਗੇ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ ਹੰਸ ਰਾਜ ਹੰਸ ਨੇ ਫਰੀਦਕੋਟ ਦੇ ਵਿੱਚ ਬੁੱਧਵਾਰ 3 ਅਪ੍ਰੈਲ ਨੂੰ ਆਮਦ ਲੈ ਕੇ ਆਉਣੀ ਆ ਅਤੇ ਉਸੇ ਤਰਜ 'ਤੇ ਹੀ ਕਰਮਜੀਤ ਅਨਮੋਲ ਵਾਲੀ ਤਰਜ 'ਤੇ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਟਿੱਲਾ ਬਾਬਾ ਫਰੀਦ ਜੀ ਦੇ ਆ ਕੇ ਨਤਮਸਤਕ ਹੋਣਾ ਅਤੇ ਭਾਜਪਾ ਆਗੂਆਂ ਨੇ ਇਸ ਸੰਬੰਧੀ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਹ ਜਿਹੜਾ ਪ੍ਰੋਗਰਾਮ ਉਹਨਾਂ ਦੇ ਆਉਣ ਦਾ ਐਲਾਨਿਆ ਗਿਆ ਹੈ ਅਤੇ ਕਿਸ ਤਰ੍ਹਾਂ ਦੀ ਯਾਤਰਾ ਰਹਿਣ ਵਾਲੀ ਆ, ਕਿਸ ਤਰ੍ਹਾਂ ਉਹਨਾਂ ਦਾ ਸਵਾਗਤ ਹੋਣਾ, ਇਸ ਬਾਰੇ ਪੁੱਛੇ ਜਾਣ 'ਤੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਤੁਸੀਂ ਦੇਖਦੇ ਰਹਿ ਜਾਓਗੇ ਜਿਸ ਤਰ੍ਹਾਂ ਦਾ ਹੰਸ ਰਾਜ ਹੰਸ ਦਾ ਸਵਾਗਤ ਹੋਣਾ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਯਾਤਰਾ ਪੰਜਾਬ ਬਚਾਓ ਯਾਤਰਾ ਅਤੇ ਕਰਮਜੀਤ ਅਨਮੋਲ ਦੇ ਕਾਫਲੇ ਸਾਰਿਆਂ ਤੋਂ ਵੱਡਾ ਹੋਵੇਗਾ, ਹੰਸ ਰਾਜ ਹੰਸ ਦੇ ਸਵਾਗਤ ਵਾਲਾ ਕਾਫਲਾ। ਅਤੇ ਫਰੀਦਕੋਟ ਤੋਂ ਹੰਸ ਰਾਜ ਹੰਸ ਆਪਣੀ ਸੀਟ ਕਾਇਮ ਕਰਕੇ ਮੋਦੀ ਦਾ 400+ ਸੀਟਾਂ ਕਰਨ ਦਾ ਸੁਪਨਾ ਜਿਹੜਾ ਸਾਕਾਰ ਕਰਨ ਦੇ ਵਿੱਚ ਅਹਿਮ ਰੋਲ ਅਦਾ ਕਰਨਗੇ। ਹੰਸ ਰਾਜ ਹੰਸ ਜੀ 3 ਤਰੀਕ ਨੂੰ ਉਹਨਾਂ ਦਾ ਪ੍ਰੋਗਰਾਮ ਬਣ ਰਿਹਾ ਫਰੀਦਕੋਟ ਆਉਣ ਦਾ। ਪਹਿਲਾਂ ਬਾਬਾ ਫਰੀਦ ਜੀ ਦੇ ਨਤਮਸਤਕ ਹੋਣਗੇ, ਉਹਨਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਮੁੜ ਕੇ ਇਸ ਹਲਕੇ 'ਚ ਉਹਨਾਂ ਦਾ ਰੱਖਿਆ ਪ੍ਰੋਗਰਾਮ। ਔਰ ਜਿਸ ਤਰੀਕੇ ਨਾਲ ਫਰੀਦਕੋਟ ਦੀ ਜਨਤਾ ਦਾ ਪਿਆਰ ਮਿਲ ਰਿਹਾ ਔਰ ਉਹਨਾਂ ਦੀ ਅਸੈਪਟੈਂਸ ਐਜ਼ ਅ ਕੈਂਡੀਡੇਟ ਹੋ ਰਹੀ ਹੈ, ਮੈਂ ਸਮਝਦਾ ਕਿ ਫਰੀਦਕੋਟ ਵਾਸਤੇ ਹੀ ਇਜ਼ ਅ ਬੈਸਟ ਫੈਕਟ। ਇਹਨਾਂ 20 ਦਿਨਾਂ ਦੇ ਵਿੱਚ 2 ਵੱਡੀਆਂ ਯਾਤਰਾਵਾਂ ਰੋਡ ਸ਼ੋਅ ਹੋਏ ਆ, ਕਰਮਜੀਤ ਅਨਮੋਲ ਦਾ ਜਾਂ ਅਕਾਲੀ ਦਲ ਦੀ ਯਾਤਰਾ, ਕਿਸ ਤਰ੍ਹਾਂ ਉਹਦਾ ਪ੍ਰਭਾਵ ਲੋਕਾਂ ਦੇ ਮਨਾਂ ਤੋਂ ਲਾਉਂਗੇ ਹੰਸ ਰਾਜ ਹੰਸ ਦੀ ਆਮਦ ਹੁੰਦੇ? ਮੈਂ ਤਾਂ ਸਮਝਦਾ ਕਿ 3 ਤਰੀਕ ਦੇ ਬਾਅਦ ਦੇ ਪ੍ਰਸ਼ਨ ਪੁੱਛੋ, ਮੈਂ ਤੁਹਾਨੂੰ ਪ੍ਰਸ਼ਨ ਪੁੱਛਾਂਗਾ ਕਿ ਹੁਣ ਤੁਸੀਂ ਕੀ ਕਹਿਣਾ। 3 ਤਰੀਕ ਨੂੰ ਉਹਨਾਂ ਦਾ ਆਮਦ, ਬਾਬਾ ਫਰੀਦ ਜੀ ਦਾ ਆਸ਼ੀਰਵਾਦ ਲੈਣ ਦੇ ਬਾਅਦ ਜੋ ਸਾਡਾ ਕਾਰਜਕ੍ਰਮ ਹੋਏਗਾ ਉਹ ਫਰੀਦਕੋਟ ਦੀ ਧਰਤੀ 'ਤੇ ਇੱਕ ਇਤਿਹਾਸਿਕ ਕਾਰਜਕ੍ਰਮ ਹੋਏਗਾ। ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਉਹਦੇ ਲਈ? ਉਹਦੇ ਵਾਸਤੇ ਅਸੀਂ ਆਪਣੇ ਸੰਗਠਨਾਤਮਕ ਸਾਰਾ ਸਿਸਟਮ ਹੈਗਾ, ਅਸੀਂ ਸਾਰੀਆਂ ਤਿਆਰੀਆਂ 'ਚ ਲੱਗੇ ਹੋਏ ਹਾਂ। ਔਰ ਮੈਂ ਇਹੀ ਕਹਿ ਰਿਹਾ ਕਿ ਉਹਦੇ ਬਾਅਦ 3 ਤਰੀਕ ਨੂੰ ਕਾਰਜਕ੍ਰਮ ਦੇ ਬਾਅਦ ਮੈਂ ਤੁਹਾਨੂੰ ਪੁੱਛਾਂਗਾ ਕਿ ਹੁਣ ਤੁਸੀਂ ਦੱਸੋ ਕੀ ਕਹਿਣਾ। ਮੈਂ ਇੰਨਾ ਕਹਿ ਸਕਦਾ ਕਿ ਇਤਿਹਾਸਿਕ ਕਾਰਜਕ੍ਰਮ ਹੋਏਗਾ ਫਰੀਦਕੋਟ ਦੀ ਧਰਤੀ ਦੇ ਉੱਤੇ। ਹੰਸ ਰਾਜ ਹੰਸ ਜੀ ਦਾ ਜਿਸ ਤਰੀਕੇ ਨਾਲ ਲੋਕਾਂ ਦਾ ਪਿਆਰ ਹੈ, ਉਹਨਾਂ ਦੇ ਨਾਲ ਉਹਨਾਂ ਦੀ ਅਸੈਪਟੈਂਸ ਹੈਗੀ ਹੈ, ਲੋਕ ਦਿਲੋਂ ਚਾਹੁੰਦੇ ਨੇ। ਮੈਂ 2 ਦਿਨ ਤੋਂ ਇਸ ਹਲਕੇ 'ਚ ਫਿਰ ਰਿਹਾ ਅਤੇ ਮੈਂ ਯਕੀਨ ਨਾਲ ਕਹਿ ਸਕਦਾ ਕਿ ਲੋਕ ਉਹਨਾਂ ਨੂੰ ਪਲਕਾਂ 'ਤੇ ਬਿਠਾਉਣਗੇ। ਉਹਨਾਂ ਨੇ ਕੰਮ ਕਰਕੇ ਦਿਖਾਇਆ, ਪਿਛਲੇ 5 ਸਾਲ ਮੈਂਬਰ ਆਫ ਪਾਰਲੀਮੈਂਟ ਰਹੇ ਨੇ ਦਿੱਲੀ 'ਚ। ਦਿੱਲੀ ਜਨਤਾ ਨੂੰ ਜਾ ਕੇ ਉਹਨਾਂ ਦੇ ਹਲਕੇ 'ਤੇ ਪੁੱਛ ਕੇ ਦੇਖੋ, ਹਰ ਇੱਕ ਦੇ ਦੁੱਖ ਸੁੱਖ 'ਚ ਸ਼ਾਮਿਲ ਹੋਣਾ, ਹਰ ਇੱਕ ਦੇ ਨਾਲ ਖੜਨਾ, ਆਪਣੇ ਹਲਕੇ ਦੀ ਚਿੰਤਾ ਕਰਨਾ, ਆਪਣੇ ਹਲਕੇ ਦਾ ਵਿਕਾਸ ਕਰਾਉਣਾ, ਆਪਣੇ ਹਲਕੇ 'ਚ ਨਵੇਂ ਨਵੇਂ ਪ੍ਰੋਜੈਕਟ ਲਿਆਉਣਾ, ਆਪਣੇ ਲੋਕਾਂ ਦੀ ਜ਼ਰੂਰਤ ਨੂੰ ਸਮਝਣਾ ਔਰ ਉਹਦੇ ਵਾਸਤੇ ਸੰਘਰਸ਼ ਕਰਨਾ ਜਾਂ ਗੱਲਬਾਤ ਕਰਕੇ ਉਹਨਾਂ ਸਮੱਸਿਆਵਾਂ ਦਾ ਦੂਰ ਕਰਨਾ, ਇਹ ਕੁਆਲਿਟੀ ਹੈ ਹੰਸ ਰਾਜ ਹੰਸ ਦੀ, ਜਿਹੜਾ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਅੱਜ ਤੱਕ ਫਰੀਦਕੋਟ ਦਾ ਕੋਈ ਮੈਂਬਰ ਆਫ ਪਾਰਲੀਮੈਂਟ ਉਹ ਨਹੀਂ ਕਰ ਪਾਇਆ ਹੋਊਗਾ ਜੋ ਹੰਸ ਰਾਜ ਹੰਸ ਪਾਰਲੀਮੈਂਟ ਦਾ ਮੈਂਬਰ ਬਣ ਕੇ ਫਰੀਦਕੋਟ ਵਾਸਤੇ ਕਰਨਗੇ।
ਬਾਬਾ ਫਰੀਦ ਜੀ ਦੇ ਨਾਂ ਤੇ ਲੋਕ ਸਭਾ ਹਲਕੇ ਦਾ ਨਾਂ ਹੋਣਾ ਤੇ ਹੰਸਰਾਜ ਹੰਸ ਦਾ ਸੂਫੀ ਗਾਇਕ ਕਿਸ ਤਰ੍ਹਾਂ ਦੇ? ਮੈਂ ਇਹੀ ਕਹਿ ਰਿਹਾ ਕਿ ਹੰਸਰਾਜ ਹੰਸ ਜੀ ਦੀ ਜਿਹੜੀ ਅਸੈਪਟੈਂਸ ਮੈਨੂੰ ਦੇਖਣ ਨੂੰ ਮਿਲ ਰਹੀ ਹੈ ਫਰੀਦਕੋਟ ਹਲਕੇ 'ਚ, ਉਹਨਾਂ ਨਾਲ ਮੈਨੂੰ ਖੁਸ਼ੀ ਹੋ ਰਹੀ ਹੈ। ਲੋਕ ਉਹਨਾਂ ਨਾਲ ਇੰਨਾ ਪਿਆਰ ਕਰਦੇ ਨੇ, ਉਹਨਾਂ ਦਾ ਇੰਨਾ ਸਤਿਕਾਰ ਕਰਦੇ ਨੇ ਔਰ ਉਡੀਕ ਕਰ ਰਹੇ ਨੇ ਕਿ ਹੰਸਰਾਜ ਹੰਸ ਜੀ ਕਦੋਂ ਫਰੀਦਕੋਟ ਹਲਕੇ 'ਚ ਆਉਣਗੇ, ਸਾਨੂੰ ਮਿਲਣਗੇ। ਔਰ ਸ਼ਾਇਦ ਇਸ ਤਰ੍ਹਾਂ ਦੀ ਖੁਸ਼ੀ ਲੋਕਾਂ ਦੇ ਮਨ ਦੇ ਵਿੱਚ, ਲੋਕਾਂ 'ਚ ਉਤਸ਼ਾਹ ਨਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਤੇ ਨਾ ਕਿਸੇ ਹੋਰ ਕੈਂਡੀਡੇਟ ਵਾਸਤੇ ਬਣੇਗਾ ਨਾ ਬਣੇਗਾ।